ਕੁਝ ਲੋਕਾਂ ਲਈ ਪੈਸਾ ਹੀ ਸਭ ਕੁਝ ਹੁੰਦਾ ਰਿਸ਼ਤੇ ਨਾਤੇ ਨਹੀਂ ਇਹ ਲੱਖਾਂ ਰੁਪਇਆ ਜਲੰਧਰ ਪੁਲਿਸ ਨੇ ਜ਼ਬਤ ਕੀਤਾ ਔਰ ਕੇਸ ਇਲਜ਼ਾਮ 'ਚ ਇਹ ਵੀ ਤੁਹਾਨੂੰ ਦੱਸਦੇ ਹਾਂ ਦਰਅਸਲ ਇੱਕ ਸ਼ਾਤਰ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸਨੇ ਨਾ ਆਪਣਾ ਪੁੱਤ ਬਖਸ਼ਿਆ ਨਾ ਆਪਣਾ ਜਵਾਈ ਯਾਨੀ ਕਿ ਇਸਨੇ ਆਪਣੇ ਪੁੱਤ ਅਤੇ ਜਵਾਈ ਦੇ ਨਾਲ ਮਿਲ ਕੇ ਚਿੱਟੇ ਦਾ ਕਾਰੋਬਾਰ ਸ਼ੁਰੂ ਕਰ ਲਿਆ ਨਾਲ ਆਪਣੇ ਇੱਕ ਮਹਿਲਾ ਸਾਥੀ ਨੂੰ ਰਲਾ ਲਿਆ ਇਹ ਰਿਸ਼ਤਿਆਂ ਦੀ ਮਰਿਆਦਾ ਭੁੱਲ ਗਈ ਕਿ ਆਪਣੇ ਪੁੱਤ ਨੂੰ ਅਤੇ ਆਪਣੇ ਜਵਾਈ ਨੂੰ ਕਿਸ ਰਾਹ 'ਤੇ ਲੈ ਕੇ ਜਾ ਰਹੀ ਹੈ ਇਹ ਸਾਰੇ ਰਲ ਕੇ ਚਿੱਟੇ ਦਾ ਕਾਰੋਬਾਰ ਕਰ ਰਹੇ ਸੀ ਅਤੇ ਲੱਖਾਂ ਦੇ ਬਾਰੇ ਨਿਆਰੇ ਹੋ ਰਹੇ ਸੀ ਆਖਿਰਕਾਰ ਪੁਲਿਸ ਨੂੰ ਇਸ ਗੱਲ ਦੀ ਭਣਕ ਲੱਗ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਿਲਹਾਲ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ 6 ਲੱਖ ਤੋਂ ਵੀ ਵੱਧ ਦੀ ਰਕਮ ਬਰਾਮਦ ਕਰ ਲਈ ਗਈ ਹੈ ਤੁਸੀਂ ਆਪ ਹੀ ਸੁਣ ਲਓ ਪੂਰੀ ਜਾਣਕਾਰੀ ਦੇ ਰਹੇ ਨੇ ਜਲੰਧਰ ਪੁਲਿਸ ਦੇ DCP ਗੁਰਮੇਲ ਸਿੰਘ ਦੈਨਿਕ ਪਹਿਲ ਪੰਜਾਬੀ TV ਲਈ ਜਲੰਧਰ ਤੋਂ ਰੋਹਿਤ ਮਦਾਨ ਦੀ ਰਿਪੋਰਟ। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।